राइस मिलर एसोसिएशन आड़ती एसोसिएशन एसकेएम के सारे लीडरशिप नाल चीफ सैकटरी की मीटिंग हुई है। चीफ सैकटरी सी चीफ प्रिंसिपल सैकटरी सीएमओ सी ते बाकी होर अधिकारी सी। मीटिंग विच हाले कुछ नहीं निकलिया। साडा जिहड़ा 13 तरीक का प्रोग्राम है वह एज इट इज स्टैंड करदा है। असी 12 तो 3 बजे तक सारे पंजाब दियां जिहड़ा सड़की आवाजाई उह ठप करांगे। 14 नूं बकायदा इत्थे मीटिंग होएगी ते इन्हां ने साडे कोलों 2 दिन का समा मंगिया। 14 तरीक नूं कहिंदे फिर आपां बैठ लांगे। असी हुण 14 नूं पहलां अपनी मीटिंग जिहड़ी असी रखी है सारियां पंजाब दियां जथेबंदियां व्यापार मंडल इंडस्ट्री ते लेबर यूनियनस आड़ती सैलरस ए सारियां जिन्नियां होर समाज दियां जथेबंदियां उन्हां सारे दे नाल मीटिंग करके जिहड़ा फैसला करांगे। उत्थे बाद की करदे आ उह देखांगे। हाले तक गल किसे कंडे लगी नहीं। खरीद के मिलर ने एग्रीमेंट करने ने बाद कर दे रहे हो। पहले तो स्पेस ही दिंदे ने तुसी उत्थे माल लाओ, माल लाना शुरू करो, खरीदना शुरू करो। ओ इहदे ते हाले आउंदे नहीं। ओ कहिंदे ने भी तुसी अपनी कस्टडी च लवाओ। ये कहिंदे ने भी पिछे घाटा पै गया तुहाडी वजह करके, स्पेस है नहीं, सानू थोड़े ते विश्वास नहीं, स्पेस ना होई असी फसना नहीं चाहुंदे। इस करके मिलर दा ते विश्वास ना बन करके इन्होंने ये ऑफर देती भी साडे सैलरां दे विच तुसी अपना माल ला लो, असी तुहानू नहीं रोकदे, अपनी सरकारी कस्टडी दे विच माल ला लो, असी तुहानू उहदे ते नहीं रोकदे विदाउट एग्रीमेंट। विदाउट एग्रीमेंट सहमति नहीं बनी। कुछ बहुत सारिया फिगर्स ने जिहड़ियां बनाई हुई ने प्रैक्टिकली की हो रहा ओहदे ते सहमति नहीं बनी। धरना आड़ती सैलर वाले सारिया का रल के सारे रोके जाणगे जी। 12 तो 3 बजे तक असीं अपील कीती है सारे लोकां नूं, फिर अपील करदे आं वी साडी मजबूरी है। पंजाब दी इकोनमी दा सवाल है। 45,000 करोड़ रुपया जिहड़ा पंजाब दा बाजार विच नहीं आ रहा सरकार दीआं गलत नीतियां दी वजह करके, जे ए फसल खराब हो गई ਤਾਂ ਪੰਜਾਬ ਨੇ ਬਰਬਾਦ ਹੋ ਜਾਣਾ। ਪੰਜਾਬ ਨੂੰ ਬਚਾਉਣ ਵਾਸਤੇ ਸਾਰੇ ਪੰਜਾਬੀਆਂ ਨੂੰ ਮਿਲ ਕੇ ਅੱਗੇ ਆਉਣਾ ਪਏਗਾ। ਅੱਜ ਤੱਕ ਇਤਿਹਾਸ ਵਿੱਚ ਕਦੇ ਇਹੋ ਜਿਹੀ ਮਾੜੀ ਘਟਨਾ ਨਹੀਂ ਵਾਪਰੀ ਭਈ 1 ਤਰੀਕ ਨੂੰ ਖਰੀਦ ਸ਼ੁਰੂ ਹੁੰਦੀ ਹੋਵੇ, 11 ਤਰੀਕ ਨੂੰ ਹਾਲੇ ਸਰਕਾਰ ਵਿਚਾਰਾ ਹੀ ਕਰ ਰਹੀ ਹੈ। ਹਾਲੇ ਤੇ ਕੁਛ ਨਹੀਂ ਹੋਇਆ, ਸਰਕਾਰ ਦੇ ਕੋਲੋਂ ਤਿਆਰੀ ਕੋਈ ਨਹੀਂ ਹੋਈ ਤੇ ਅਸੀਂ 13 ਤਰੀਕ ਨੂੰ 12 ਤੋਂ 3 ਵਜੇ ਤੱਕ ਪੱਕਾ ਸਾਰੇ ਪੰਜਾਬ ਵਿੱਚ ਸੜਕੀ ਆਵਾਜਾਈ ਠੱਪ ਕਰਾਂਗੇ ਤੇ ਜਿਹੜੀ ਲੋਕਾਂ ਨੂੰ ਤਕਲੀਫ ਹੋਏਗੀ ਉਹਦੇ ਲਈ ਲੋਕਾਂ ਤੋਂ ਪਹਿਲਾਂ ਹੀ ਖਿਮਾ ਔਰ ਲੋਕਾਂ ਨੂੰ ਅਪੀਲ ਹੈ ਵੀ ਪੰਜਾਬ ਦੇ ਹਿੱਤ ਵਿੱਚ ਤੁਸੀਂ ਸਾਰੇ ਸਾਡਾ ਸਹਿਯੋਗ ਦਿਓ ਔਰ 14 ਤਾਰੀਖ ਨੂੰ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਸਣੇ ਵਪਾਰ ਮੰਡਲ ਇੰਡਸਟਰੀ ਸਾਰੀਆਂ ਜਥੇਬੰਦੀਆਂ ਉਹਨਾਂ ਦੀ ਮਜ਼ਦੂਰ ਉਹਨਾਂ ਦੇ ਨਾਲ ਮੀਟਿੰਗ ਅਸੀਂ ਕਰਕੇ ਫਿਰ ਅਗਲਾ ਪ੍ਰੋਗਰਾਮ ਦਿਆਂਗੇ। ਚੰਡੀਗੜ੍ਹ ਕਰਾਂਗੇ ਕਿਸਾਨ ਭਵਨ 14 ਤਾਰੀਖ ਦੀ ਹੈ। 14 ਤਾਰੀਖ ਦੀ ਜੀ, ਉਹ ਵੀ 14 ਤਰੀਕ ਦੀ ਪਿਛਲੀ ਮੀਟਿੰਗ ਹੋਈ ਸੀ ਸਰਕਾਰ ਦੇ ਨਾਲ, ਉਹਦੇ ਵਿੱਚ ਤੁਹਾਡੀ ਸਹਿਮਤੀ ਬਣ ਗਈ ਸੀ? ਸਾਡੀ ਅੱਜ ਵੀ ਸਹਿਮਤੀ ਹੈ, ਪਰ ਸਰਕਾਰ ਨੂੰ ਅਸੀਂ ਇਹ ਗੱਲ ਕਹੀ ਸੀ ਸਾਡੀ ਆੜਤ ਵਧਾ ਦਿਓ, ਉਹਨਾਂ ਨੇ ਮੰਨ ਲਈ। ਅਸੀਂ ਕੋਈ ਸਟੈਕਟੇਜ ਆੜਤੀ ਨਹੀਂ, ਅਸੀਂ ਮਾਲ ਵੇਚਣ ਨੂੰ ਤਿਆਰ ਆ, ਪਰ ਮਾਲ ਦੀ ਲਿਫਟਿੰਗ ਸਰਕਾਰ ਨੇ ਕਰਾਉਣੀ ਹੈ। ਉਹ ਰਾਈਸ ਮਿਲਰ ਜਿਹੜੀਆਂ ਦਿੱਕਤਾਂ ਨੇ ਉਹ ਸਰਕਾਰ ਨੇ ਸੁਣੀਆਂ, ਉਹਨਾਂ ਨੂੰ ਹੱਲ ਕਰਨਾ। ਅਸੀਂ ਐਸਕੇਐਮ ਦੇ ਝੰਡੇ ਥੱਲੇ ਇਹਨਾਂ ਦੇ ਨਾਲ ਖੜੇ ਆ, ਕਿਉਂਕਿ ਮੰਡੀਆਂ 'ਚ ਲਿਫਟਿੰਗ ਨਹੀਂ ਹੋ ਰਹੀ, ਪਰਚੇਜ ਦਾ ਕੋਈ ਇਸ਼ੂ ਨਹੀਂ। ਪਰ ਤੁਸੀਂ ਕਹਿੰਦੇ ਹੋ ਪਰਚੇਜ ਦਾ ਇਸ਼ੂ ਨਹੀਂ, ਜਿਹੜੀ ਸਰਕਾਰ ਨੇ ਗੱਲ ਕਹੀ ਤੁਹਾਡਾ ਮਸਲਾ ਕੇਂਦਰ ਦੇ ਨਾਲ ਹੈ, ਕੇਂਦਰ ਤੋਂ ਕੋਲ ਜਾ ਕੇ ਤੁਹਾਡਾ ਜਿਹੜਾ ਪੱਖ ਪੂਰਾਂਗੇ, ਤੁਹਾਡਾ ਕੇਸ ਅੱਗੇ ਰੱਖਾਂਗੇ। ਨਹੀਂ ਨਹੀਂ, ਉਹ ਤੁਸੀਂ ਮੈਂ ਦੱਸਦਾ, ਉਹਨਾਂ ਨੇ ਗੱਲ ਕਹੀ ਸੀ ਪਹਿਲਾਂ ਕਹੀ ਕੇਂਦਰ ਦੇ ਕੇ ਰੱਖਾਂਗੇ, ਆੜਤ ਦਾ ਇਸ਼ੂ ਨਾ ਹੋਇਆ ਤਾਂ ਅਸੀਂ ਦੇ ਦਿਆਂਗੇ। ਸਾਡਾ ਮੈਟਰ ਖਤਮ ਹੋ ਚੁੱਕਾ ਹੈ, ਸਾਡਾ ਤੇ ਹੁਣ ਮੰਡੀਆਂ 'ਚੋਂ ਮਾਲ ਨਹੀਂ ਚੁੱਕਿਆ ਜਾ ਰਿਹਾ, ਇੰਸਪੈਕਟਰ ਖਰੀਦ ਨਹੀਂ ਲਏ, ਰੌਲਾ ਜਾਮ ਹੋ ਗਿਆ। ਜਦੋਂ ਤੱਕ ਰਾਈਸ ਮਿਲਰਾਂ ਨਾਲ ਗੱਲ ਨਹੀਂ ਮੁੱਕਦੀ ਉਦੋਂ ਤੱਕ ਇਹ ਸੀਜ਼ਨ ਸਿਰੇ ਨਹੀਂ ਚੜ੍ਹਦਾ। ਇੱਕ ਇਹ 3 ਧਿਰਾਂ ਨੇ, ਕਿਸਾਨ, ਆੜ੍ਹਤੀ ਤੇ ਰਾਈਸ ਮਿਲਰਸ, ਇਹ ਤਿੰਨਾਂ ਦਾ ਇਹ ਕੜੀ ਜੇ ਇੱਕ ਜਗ੍ਹਾ ਕਿਤੇ ਟੁੱਟ ਗਈ ਗੱਲ, ਉੱਥੇ ਹੀ ਸਾਰੇ ਜਿਹੜਾ ਕੰਮ ਰੁਕ ਜਾਂਦਾ ਹੈ। ਇਸ ਕਰਕੇ ਹਾਲੇ ਇਹਦੇ 'ਚੋਂ ਇੱਕ ਅਹਿਮ ਜਿਹੜੀ ਕੜੀ ਹੈ ਜਿਹਨੇ ਪ੍ਰੋਸੈਸ ਕਰਨਾ ਰਾਈਸ ਮਿਲਰ ਦੀ, ਉਹਨਾਂ ਨਾਲ ਸਹਿਮਤੀ ਸਰਕਾਰ ਦੀ ਨਹੀਂ ਬਣਦੀ। ਅਸੀਂ ਸਾਰੇ ਇਕੱਠੇ ਹੋ ਕੇ ਲੜ ਰਹੇ ਹਾਂ ਤੇ 13 ਤਰੀਕ ਨੂੰ ਅਸੀਂ ਅਗਲਾ ਪ੍ਰੋਗਰਾਮ। ਸਰ ਅਸੀਂ ਜਿਹੜੇ ਗੋਦਾਮ ਤੁਸੀਂ ਕਿਹਾ ਕਿ ਸਾਡੇ ਗੋਦਾਮਾਂ ਦੇ ਵਿੱਚ ਤੁਸੀਂ ਸਟੋਰ ਕਰ ਲਓ, ਉਸ ਦਾ ਥੋੜਾ ਜਿਹਾ ਕਲੀਅਰ ਕਰੋ। ਅਸੀਂ ਨਾ ਜੀ ਇਹਨਾਂ ਨੂੰ ਇਹ ਕਿਹਾ, ਕਿਉਂਕਿ ਅੱਜ ਐਸਕੇਐਮ ਦੀ ਕਾਲ ਤੇ ਸਾਰੇ ਅਸੀਂ ਇਕੱਠੇ ਹੋਏ ਹਾਂ,
आड़ती वर्ग भी असी भी मेरे भारत भूषण बिंटा जी साडे राइस इंडस्ट्री के मेरे नाल ने, मैं ऑल इंडिया नूं भी देखदा। बेसिकली प्रॉब्लम यह है कि प्रॉब्लम केंद्र सरकार वालों इतों चावल लिफ्ट नहीं हो रहा पिछले सालों को, वह सारा पिया माल हुण यह है भी सानू पिया घाटा सैलर वाले नूं। असी हुण सरकार नूं कह रहे हैं क्योंकि अज सानू SKM वालों यह कहा गया कि किसानों नूं वास्ते की मदद कर दो, असी ने कहा भी साडे मिलां दे विच तुसीं झोना स्टोर कर लो, पर मिलिंग असी उदो करांगे जदों केंद्र ते पंजाब सरकार साडियां जिहड़ियां मंगां ने उहनूं मन लूगी। पर इन्हां दे सलाह करन तों बाद हाले तक इस उहदे ते नहीं पहुंच रहे कि असी मिलां दे विच सिंगल कस्टडी स्टोर नहीं करना चाहुंदे। पर मैं दसना चाहुंदा कि जिस तरीके नाल अफसर साहिबान सानू चाहुंदे ने कि इन्हां नूं इनवॉल्व कर लईए, इह झोना दो साल मिल नहीं होना ते इह ना झोना इन्हां ने बीजण देना सानू ते ना इन्हां ने झोना सानू मिल करन देना। सो मैं इंडस्ट्री नूं और किसानां नूं सारिआं नूं कहा, मैं तुहाडे सामने भी कह रहा, केंद्र सरकार जिन्ना चिर इनवॉल्व नहीं होगी उन्ना चिर पंजाब दी इंडस्ट्री का कोई हल नहीं होना। पंजाब दे मुख्यमंत्री उठ के जाण, स्पेस अज दी पहीए तां लगणे नहीं कि एकदम माल चक लिया जाए। सो ये गल्लां बातां कागजी गल्लां ने जी कि असीं भंडार वास्ते इन्नी जगह बना देंगे, सानू बिल्कुल इस गल दे उत्ते ओह नहीं, असीं खमियाजा भुगत चुके हां। सो जिवें अज साडे सारे SKM वालिआं ने भी कहा, साडी इस गल नूं कहा कि असीं इन्हां दे शैलर तुहानूं दिंदे आ, तुसीं उत्थे झोना स्टोर कर लो, पर ओह चाहुंदे ने कि तुसीं स्टोर दी, असीं हाँ ये भी कहा कि झोने दी उत्थे असीं लिखदांगे इन्नी बोरी स्टोर हुई है फॉर द परपज ऑफ स्टोरेज, नॉट फॉर द परपज ऑफ मिलिंग, बस असीं इह लिख के स्टोर कर लो। हुण ओह फिर उन्हां दे इंस्पैक्टर जां होर उन्हां नूं पुछणगे, महकमे इन्हां नूं दो दिन दा सानूं टाइम मंगिया, कर लैणगे। असीं तां इक्को ही कम कर सकदे आ किसानां दी जीरी खराब ना होवे।